ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿੱਥੇ ਦੇ ਲੋਕਾਂ ਦਾ ਪਿਆਰ, ਅਣਖ ਅਤੇ ਗੁੱਸਾ ਹਰ ਪਾਸੇ ਮਸ਼ਹੂਰ ਹੈ। ਇਸੇ ਕਰਕੇ ਪੰਜਾਬ ਦੇ ਲੋਕ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਹੋਣ ਸਿਰ ਚੁੱਕ ਕੇ ਜਿਉਂਦੇ ਹਨ। ਗੱਲ ਕਰਦੇ ਹਾਂ ਪੰਜਾਬ ਦੇ ਉਹਨਾਂ ਗਾਇਕਾਂ ਦੀ ਜੋ ਆਪਣੇ ਗੁੱਸੇ ਕਰਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਉਹ ਕਈ ਵਾਰ ਸਟੇਜ ਉੱਤੇ ਵੀ ਗਲਤ ਹੁੰਦਾ ਦੇਖ ਕੇ ਚੁੱਪ ਨਹੀਂ ਰਹਿ ਪਾਉਂਦੇ। ਆਓ ਦੇਖਦੇ ਹਾਂ ਕੁਝ ਅਜਿਹੀਆਂ ਵੀਡੀਓਜ਼। ਯਾਰ ਕੀ ਉਹ ਯਾਰ ਹੈਲੋ ਕੀ ਕਰੀਏ ਨਾ ਬਈ ਯਾਰ ਉਹ ਯਾਰ ਆਪਣੀ ਸਾਊਂਡ ਪਹਿਲਾਂ ਠੀਕ ਕਰਨੀ ਸੀ ਵੀਰੇ ਉਹ ਯਾਰ ਉਹਨੂੰ ਬੁਲਾ ਸਟੇਜ 'ਤੇ ਬਈ ਤੁਹਾਡਾ ਨਾਮ ਸਰਗਾਉਣਾ ਅਨਾਊਂਸਰ ਕਿੱਥੇ ਤੁਹਾਡਾ ਸੋਰੀ ਜੀ ਸੋਰੀ ਤੁਹਾਡਾ ਸਾਰਿਆਂ ਦਾ ਟਾਈਮ ਖਰਾਬ ਕਰ ਰਿਹਾ ਹੁਣ ਖੇਲੂਗੀ ਕਿ ਨਹੀਂ ਗਾਇਆ ਜਾਊਗਾ ਕਿ ਨਹੀਂ ਪੰਜਾਬੀ ਬੋਲਦਾ ਮੈਂ ਕਿਹੜਾ ਇੰਗਲਿਸ਼ ਬੋਲਦਾ ਆ ਗਈ ਸਮਝ ਨਾ ਹੁਣ ਆ ਕੇ ਮਾਰ ਸੁਣੋ ਕੁੜੀ ਬਹੁਤ ਸਿਆਣੀ ਆ ਬਹੁਤ ਸੋਹਣਾ ਬੋਲਦੀ ਆ ਮੇਰਾ ਵੀ ਚੁੱਪ ਕਰਕੇ ਇੰਜੋਏ ਕਰੋ ਆਪਣੇ ਵੀ ਘਰੇ ਹੈਗੀਆਂ ਵਾ ਹੈਨਾ ਇੰਜੋਏ ਕਰੋ ਇੰਨਾ ਸੋਹਣਾ ਕੁੜੀ ਬੋਲੀ ਆ ਤੁਹਾਡਾ ਜੀ ਲਾਇਆ ਹੋਇਆ ਵਾ ਪਹਿਲਾਂ ਪਹਿਲਾਂ ਇੰਨਾ ਸੋਹਣਾ ਕੁੜੀ ਗਾਉ ਲੈ ਹੁਣ ਦੇਖੋ ਵਧੀਆ ਗਾਣਾ ਗਾਊਗਾ ਤੇ ਕਿਸੇ ਗਰੀਬ ਨੂੰ ਵੰਡ ਦੋ ਮੇਰੇ ਕੋਲ ਉਹ ਹੋਵੇ ਜਦੋਂ ਲੋੜ ਸੀ ਦੱਸੇ ਕਿਸੇ ਨੇ ਜਿਉਂਦੇ ਰਹੋ ਲੰਬੀ ਉਮਰ ਹੋਵੇ ਚੰਗਾ ਘਰ ਵਾਲਾ ਮਿਲੇ ਬਾਹਰ ਜਾਣਾ ਕਿੱਥੇ ਰਹਿਣਾ ਇੱਥੇ ਚੰਗਾ ਤਾਂ ਤੂੰ ਕੀ ਤੁਸੀਂ ਕੂਕਾਂ ਮਾਰੀ ਤੁਹਾਡੀ ਭੈਣ ਵੀ ਹੋ ਸਕਦੀ ਹੈ ਕੂਕਾਂ ਵੀ ਤਾਂ ਮਾਰੀ ਨਾ ਬੇਕੂਫ ਆਦਮੀ ਪੰਜਾਬ ਦੀ ਬਦਕਿਸਮ ਦੀ ਕੁੜੀ ਦੇਖੀ ਕੂਕਾਂ ਸ਼ੁਰੂ ਹੀਰ ਦਾ ਕਿੱਸਾ ਬੜਾ ਸੋਹਣਾ ਲੱਗਦਾ ਜਦੋਂ ਸੁਣਦੇ ਜਦੋਂ ਘਰੇ ਜੰਮਦੀ ਫਿਰ ਪੰਗਾ ਪੈਂਦਾ ਉਹ ਵਿਚਾਰੀ ਇੰਨੇ ਹੌਸਲੇ ਨਾਲ ਕੁੜੀ ਆਈ ਹੈ ਅਸੀਂ ਉਹਨੂੰ ਸਿਸਟਲੀ ਟ੍ਰੀਟ ਕਰਦੇ ਹਾਂ ਰੱਬ ਦੀ ਲੰਬੀ ਉਮਰ ਕਰੇ ਆ ਜਿਹੜੇ ਕੂਕਾ ਮਾਰਦੇ ਇਹਨਾਂ ਦੀਆਂ ਘਰ ਵਾਲੀਆਂ ਸਾਰੀਆਂ ਭੱਜਣ ਬਿਊਰੋ ਰਿਪੋਰਟ ਚੈਨਲ 17 ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 17